ਤਾਂ ਦੱਸਦੇ ਕਿ ਨਵਾਂ ਸ਼ਹਿਰ ਰੈਲੀ ਤੇ ਸੀਐਮ ਮਾਨ ਪਹੁੰਚਦੇ ਨੇ ਤੇ ਮਾਲਵਿੰਦਰ ਕੰਗ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ, ਜਿੱਥੇ ਕਿ ਭਾਰੀ ਸੰਖਿਆ ਦੇ ਵਿੱਚ ਲੋਕ ਇਕੱਠੇ ਹੋਏ ਸੀ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਤਾਂ ਇਸੇ ਦੌਰਾਨ ਸੀਐਮ ਮਾਨ ਦੀ ਅੱਖ ਦੇ ਵਿੱਚ ਫੁੱਲ ਲੱਗ ਜਾਂਦਾ। ਤਾਂ ਵੇਖ ਸਕਦੇ ਹੋ ਕਿ ਇੱਕ ਸਮੇਂ ਜਦੋਂ ਫੁੱਲਾਂ ਦੀ ਵਰਖਾ ਹੋ ਰਹੀ ਹੁੰਦੀ ਹੈ ਤਾਂ ਕਿਸੇ ਪ੍ਰਸ਼ੰਸਕ ਦੇ ਵੱਲੋਂ ਇਕੱਠੇ ਫੁੱਲ ਦੀ ਗੱਠ ਮਾਰੀ ਜਾਂਦੀ ਹੈ, ਜਿਸ ਕਾਰਨ ਉਹ ਸੀਐਮ ਮਾਨ ਦੀ ਅੱਖ 'ਤੇ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਸੀਐਮ ਮਾਨ ਕਾਫੀ ਲੰਬੇ ਸਮੇਂ ਤੱਕ ਅੱਖ ਨੂੰ ਮਲਦੇ ਹੋਏ ਨਜ਼ਰ ਆਏ ਨੇ। ਤਾਂ ਕਾਫੀ ਸਮਾਂ ਉਹ ਦਰਦ ਝੱਲਦੇ ਰਹਿੰਦੇ ਆ ਅਤੇ ਅੱਖ ਨੂੰ ਮਲਦੇ ਹੋਏ ਨਜ਼ਰ ਆਏ, ਜਿਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਹੀ ਬੈਠ ਜਾਂਦੇ ਨੇ। ਤਾਂ ਦੱਸਦੀ ਹੈ ਕਿ ਸਨਰੂਫ ਖੋਲ੍ਹ ਕੇ ਸੀਐਮ ਮਾਨ ਗੱਡੀ ਦੇ ਉੱਤੋਂ ਚੋਣ ਪ੍ਰਚਾਰ ਕਰ ਰਹੇ ਸੀ, ਤਾਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਤਾਂ ਇਸੇ ਦੌਰਾਨ ਇੱਕ ਪ੍ਰਸ਼ੰਸਕ ਦੇ ਵੱਲੋਂ ਫੁੱਲਾਂ ਦੀ ਗੱਠ ਬਣਾ ਕੇ ਉਹਨਾਂ 'ਤੇ ਸੁੱਟੀ ਜਾਂਦੀ ਹੈ, ਜਿਸ ਕਾਰਨ ਉਹਨਾਂ ਦੀ ਉਹ ਅੱਖ 'ਤੇ ਲੱਗ ਜਾਂਦੀ ਹੈ। ਕਾਫੀ ਲੰਬੇ ਸਮੇਂ ਤੱਕ ਸੀਐਮ ਮਾਨ ਅੱਖ ਨੂੰ ਮਲਦੇ ਹੋਏ ਨਜ਼ਰ ਆਏ ਅਤੇ ਇੱਕ ਸਿਕਿਉਰਿਟੀ ਗਾਰਡ ਤੋਂ ਰੁਮਾਲ ਲੈ ਕੇ ਭਾਫ ਦਿੰਦੇ ਵੀ ਨਜ਼ਰ ਆਏ। ਤਾਂ ਲੱਗਦਾ ਹੈ ਕਿ ਉਹਨਾਂ ਦੀ ਅੱਖ 'ਤੇ ਸ਼ਾਇਦ ਸੱਟ ਲੱਗ ਗਈ ਹੈ। ਤਾਂ ਫੁੱਲ ਉਹਨਾਂ ਦੇ ਉੱਤੇ ਸਿੱਟੇ ਗਏ ਸੀ ਜਿਸ ਦੌਰਾਨ ਇਹ ਹਾਦਸਾ ਹੋਇਆ। ਤਾਂ ਕਾਫੀ ਲੰਬੇ ਸਮੇਂ ਤੱਕ ਸੀਐਮ ਮਾਨ ਆਪਣੀ ਅੱਖ ਨੂੰ ਮਲਦੇ ਹੋਏ ਨਜ਼ਰ ਆਉਂਦੇ ਆ, ਤਾਂ ਇਸ ਦਰਦ ਦੇ ਨਾਲ ਜੂਝਦੇ ਹੋਏ ਨਜ਼ਰ ਆਏ, ਜਿਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਅੰਦਰ ਹੀ ਬੈਠ ਜਾਂਦੇ ਨੇ। ਤਾਂ ਦੱਸਦੇ ਕਿ ਨਵਾਂ ਸ਼ਹਿਰ ਰੈਲੀ ਤੇ ਸੀਐਮ ਮਾਨ ਪਹੁੰਚਦੇ ਨੇ ਤੇ ਮਾਲਵਿੰਦਰ ਕੰਗ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ, ਜਿੱਥੇ ਕਿ ਭਾਰੀ ਸੰਖਿਆ ਦੇ ਵਿੱਚ ਲੋਕ ਇਕੱਠੇ ਹੋਏ ਸੀ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਤਾਂ ਇਸੇ ਦੌਰਾਨ ਸੀਐਮ ਮਾਨ ਦੀ ਅੱਖ ਦੇ ਵਿੱਚ ਫੁੱਲ ਲੱਗ ਜਾਂਦਾ। ਤਾਂ ਵੇਖ ਸਕਦੇ ਹੋ ਕਿ ਇੱਕ ਸਮੇਂ ਜਦੋਂ ਫੁੱਲਾਂ ਦੀ ਵਰਖਾ ਹੋ ਰਹੀ ਹੁੰਦੀ ਹੈ ਤਾਂ ਕਿਸੇ ਪ੍ਰਸ਼ੰਸਕ ਦੇ ਵੱਲੋਂ ਇਕੱਠੇ ਫੁੱਲ ਦੀ ਗੱਠ ਮਾਰੀ ਜਾਂਦੀ ਹੈ, ਜਿਸ ਕਾਰਨ ਉਹ ਸੀਐਮ ਮਾਨ ਦੀ ਅੱਖ 'ਤੇ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਸੀਐਮ ਮਾਨ ਕਾਫੀ ਲੰਬੇ ਸਮੇਂ ਤੱਕ ਅੱਖ ਨੂੰ ਮਲਦੇ ਹੋਏ ਨਜ਼ਰ ਆਏ ਨੇ। ਤਾਂ ਕਾਫੀ ਸਮਾਂ ਉਹ ਦਰਦ ਝੱਲਦੇ ਰਹਿੰਦੇ ਆ ਅਤੇ ਅੱਖ ਨੂੰ ਮਲਦੇ ਹੋਏ ਨਜ਼ਰ ਆਏ, ਜਿਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਹੀ ਬੈਠ ਜਾਂਦੇ ਨੇ। ਤਾਂ ਦੱਸਦੀ ਹੈ ਕਿ ਸਨਰੂਫ ਖੋਲ੍ਹ ਕੇ ਸੀਐਮ ਮਾਨ ਗੱਡੀ ਦੇ ਉੱਤੋਂ ਚੋਣ ਪ੍ਰਚਾਰ ਕਰ ਰਹੇ ਸੀ, ਤਾਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਤਾਂ ਇਸੇ ਦੌਰਾਨ ਇੱਕ ਪ੍ਰਸ਼ੰਸਕ ਦੇ ਵੱਲੋਂ ਫੁੱਲਾਂ ਦੀ ਗੱਠ ਬਣਾ ਕੇ ਉਹਨਾਂ 'ਤੇ ਸੁੱਟੀ ਜਾਂਦੀ ਹੈ, ਜਿਸ ਕਾਰਨ ਉਹਨਾਂ ਦੀ ਉਹ ਅੱਖ 'ਤੇ ਲੱਗ ਜਾਂਦੀ ਹੈ। ਕਾਫੀ ਲੰਬੇ ਸਮੇਂ ਤੱਕ ਸੀਐਮ ਮਾਨ ਅੱਖ ਨੂੰ ਮਲਦੇ ਹੋਏ ਨਜ਼ਰ ਆਏ ਅਤੇ ਇੱਕ ਸਿਕਿਉਰਿਟੀ ਗਾਰਡ ਤੋਂ ਰੁਮਾਲ ਲੈ ਕੇ ਭਾਫ ਦਿੰਦੇ ਵੀ ਨਜ਼ਰ ਆਏ। ਤਾਂ ਲੱਗਦਾ ਹੈ ਕਿ ਉਹਨਾਂ ਦੀ ਅੱਖ 'ਤੇ ਸ਼ਾਇਦ ਸੱਟ ਲੱਗ ਗਈ ਹੈ। ਤਾਂ ਫੁੱਲ ਉਹਨਾਂ ਦੇ ਉੱਤੇ ਸਿੱਟੇ ਗਏ ਸੀ ਜਿਸ ਦੌਰਾਨ ਇਹ ਹਾਦਸਾ ਹੋਇਆ। ਤਾਂ ਕਾਫੀ ਲੰਬੇ ਸਮੇਂ ਤੱਕ ਸੀਐਮ ਮਾਨ ਆਪਣੀ ਅੱਖ ਨੂੰ ਮਲਦੇ ਹੋਏ ਨਜ਼ਰ ਆਉਂਦੇ ਆ, ਤਾਂ ਇਸ ਦਰਦ ਦੇ ਨਾਲ ਜੂਝਦੇ ਹੋਏ ਨਜ਼ਰ ਆਏ, ਜਿਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਅੰਦਰ ਹੀ ਬੈਠ ਜਾਂਦੇ ਨੇ।